ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 78 2020 ਐਡੀਸ਼ਨ ਲੈਸਨ ਨਾਓ ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਪੜੀ ਪਿਆਰੀ ਸਾਖੀ ਪੜਾਂਗੇ ਪਾਠ ਨਾਓ ਭਾਈ ਮਰਦਾਨਾ ਦਾ ਨਾਨਕ ਜੀ ਨਾਲ ਮਿਲਾਪ ਇਸ ਪਾਠ ਵਿੱਚ ਆਏ ਔਕੇ ਸ਼ਬਦ ਪੜ੍ਹਨੇ ਅਤੇ ਇਹਨਾਂ ਦੇ ਮਤਲਬ ਸਿੱਖੋ ਮਤਲਬ ਮੀਨਿੰਗਸ ਰਾਈਟ ਸੋ ਹੀਰ ਆਰ ਦਾ ਵਰਡਸ Here are their meanings, words, meanings. And later when you have time, you can circle these words in the sake. Marasi is a singer. Moke occasions. Muskurai, smiled. Kartar guru. Pali Palikarega will do well. Dana, giver. Jurjanda got engaged or fixed. Palega will be taken care of. Rabab is the rebak the musical instrument uh, it has strings on it ek baba akal roop dooja rababi mardana dasmat bai gurdas ji says bai dana ji rae poe di talwandi vich gur nanak ton 10 saal pehla janme so he was older by 10 years unna di maa bibi lakho ji si unna da pita pai badre si ਜੀ ਪਾਈ ਬਾਦਰੇ ਜੀ ਇੱਕ ਮਰਾਸੀ ਜਾਂ ਡੂਮ ਸਨ ਪਾਈ ਬਾਦਰੇ ਲੋਕਾਂ ਦੇ ਘਰ ਜਾ ਕੇ ਵਿਆਹਾਂ ਤੇ ਅਤੇ ਹੋਰ ਮੌਕਿਆਂ ਤੇ ਗਾਉਂਦੇ ਸਨ ਅਤੇ ਪੈਸੇ ਕਮਾਉਦੇ ਸਨ so that was his job to go to people's homes and sing ਜਦ ਦਾਨਾ ਜੀ ਦਾ ਜਨਮ ਹੋਇਆ ਤਾਂ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਂ ਦਾਨਾ ਰੱਖਿਆ ਦਾਨਾ ਜੀ ਨਾਨਕ ਜੀ ਨੂੰ 1480 ਵਿੱਚ ਮਿਲੇ ਦਾਨਾ ਜੀ ਰਬਾਬੀ ਸਨ ਰਬਾਬ ਬਹੁਤ ਸੋਹਣੀ ਵਜਾਉਂਦੇ ਸਨ ਇੱਕ ਦਿਨ ਦਾਨਾ ਜੀ ਦੀ ਰਬਾਬ ਸੁਣ ਕੇ ਨਾਨਕ ਜੀ ਨੂੰ ਬਹੁਤ ਚੰਗਾ ਲੱਗਾ ਉਹਨਾਂ ਨੇ ਪਾਈਦਾਨੇ ਨੂੰ ਆਪਣੇ ਨਾਲ ਰਹਿਣ ਲਈ ਕਿਆ ਪਾਈਦਾਨੇ ਨੇ ਕਿਹਾ ਨਾਨਕ ਮੈਂ ਤੇਰੇ ਨਾਲ ਕਿਵੇਂ ਰਹਾ ਮੈਂ ਪਰਿਵਾਰ ਵੀ ਪਾਲਣਾ ਹੈ ਜੇਕਰ ਮੈਂ ਲੋਕਾਂ ਵਾਸਤੇ ਨਾ ਗਾਇਆ ਤਾਂ ਮੈਨੂੰ ਪੈਸੇ ਕਿੱਥੋਂ ਮਿਲਣਗੇ ਮੇਰਾ ਪਰਿਵਾਰ ਕਿਵੇਂ ਪਲੇਗਾ ਨਾਨਕ ਜੀ ਮੁਸਕਰਾਏ ਉਹਨਾਂ ਨੇ ਪਾਈ ਮਰਦਾਨੇ ਨੂੰ ਕਿਹਾ ਤੂੰ ਡਰ ਨਾ ਹੈ ਫਿਕਰ ਨਾ ਕਰ ਕਰਤਾਰ ਭਲੀ ਕਰੇਗਾ ਨਾਨਕ ਜੀ ਨੇ ਉਹਨਾਂ ਦਾ ਨਾਮ ਮਰਦਾਨਾ ਰੱਖਿਆ ਪਾਈ ਮਰਦਾਨਾ ਨੂੰ ਨਾਨਕ ਜੀ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਉਹਨਾਂ ਦਾ ਮਨ ਕੀਰਤਨ ਵਿੱਚ ਜੁੜਦਾ ਉਹ ਨਾਨਕ ਜੀ ਨਾਲ ਬਹੁਤ ਪਿਆਰ ਕਰਦੇ ਅਤੇ ਸਾਰਾ ਦਿਨ ਇਕੱਠੇ ਬਤਾਉਂਦੇ ਸਾਰਾ ਦਿਨ ਇਕੱਠੇ ਬਤਾਉਂਦੇ ਰਾਤ ਨੂੰ ਆਪਣੇ ਘਰ ਚਲੇ ਜਾਂਦੇ ਗੁਰੂ ਨਾਨਕ ਦੇਵ ਜੀ ਤਲਵੰਡੀ ਛੱਡ ਕੇ ਸultanpur ਬੇਬੇ ਨਾਨਕੀ ਕੋਲ ਚਲੇ ਗਏ ਤਾਂ ਪਾਈ ਮਰਦਾਨਾ ਬਹੁਤ ਉਦਾਸ ਹੋ ਗਏ ਇੱਕ ਦਿਨ ਪਿਤਾ ਕਾਲੂ ਜੀ ਨੇ ਪਾਈ ਮਰਦਾਨੇ ਨੂੰ ਬੁਲਾਇਆ ਤੇ ਕਿਹਾ ਮਰਦਾਨਿਆਂ ਜਾ ਕੇ ਨਾਨਕ ਜੀ ਨੂੰ ਮਿਲ ਕੇ ਆ ਨਾਨਕ ਜੀ ਦਾ ਪਤਾ ਲਿਆ ਪਈ ਮਰਦਾਨਾ ਬਹੁਤ ਖੁਸ਼ ਹੋਏ ਸਲਤਨਪੁਰ ਜਾ ਪਹੁੰਚੇ ਨਾਨਕ ਜੀ ਨੂੰ ਮਿਲੇ ਉਹਨਾਂ ਨੂੰ ਮੋਦੀ ਖਾਨੇ ਵਿੱਚ ਕੰਮ ਕਰਦੇ ਦੇਖਿਆ ਸਵੇਰੇ ਸ਼ਾਮ ਕੀਰਤਨ ਕਰਦੇ ਦੇਖਿਆ ਆਪ ਵੀ ਨਾਲ ਕੀਰਤਨ ਕਰਨ ਲੱਗੇ ਅਤੇ ਰਬਾਬ ਵਜਾਉਣ ਲੱਗੇ ਫਿਰ ਉਹ ਫਿਰ ਵਾਪਸ ਤਲਵੰਡੀ ਵਾਪਸ ਨਾ ਗਏ देयर शुड बी ਨੋ ਵਾਪਸ ਹੇਅਰ ਉਹ ਫਿਰ ਤਲਵੰਡੀ ਵਾਪਸ ਨਾ ਗਏ ਉੱਥੇ ਹੀ ਨਾਨਕ ਜੀ ਕੋ ਰਹਿ ਗਏ ਸੋ ਦਿਸ Story Saki has 305 words, it shouldn't be hard for you to read. I think it should be pretty good. Hai? So, you should be able to read in less than six minutes, five minutes actually. Okay, hai? so I hope you understood the Sakhi. and now find those words and circle them before you answer these questions. So, for homework, okay. ਹੇਠਾਂ ਲਿਖੇ ਪ੍ਰਸ਼ਨਾਂ ਦੇ ਠੀਕ ਜਵਾਬ ਲਿਖੋ ਜਦ ਭਾਈ ਮਰਦਾਨਾ ਜੀ ਨੂੰ ਭਾਈ ਮਰਦਾਨਾ ਨਾਨਕ ਜੀ ਨੂੰ ਮਿਲੇ ਤਾਂ ਉਹ ਕੀ ਕੰਮ ਕਰਦੇ ਸਨ డు ਯੂ ਰਿਮੈਂਬਰ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਗਾਉਂਦੇ ਸਨ ਜਦ ਨਾਨਕ ਜੀ ਨੇ ਭਾਈ ਮਰਦਾਨਾ ਨੂੰ ਆਪਣੇ ਨਾਲ ਰਹਿਣ ਲਈ ਕਿਹਾ ਤਾਂ ਭਾਈ ਮਰਦਾਨੇ ਨੇ ਮਨਾਂ ਕਿਉਂ ਕੀਤਾ ਰਿਮੈਂਬਰ ਉਹ ਤਾਂ ਕਿ ਆਸੀ ਕਿ ਮੇਰਾ ਪਰਿਵਾਰ ਹੈ ਉਹਨਾਂ ਨੂੰ ਕੌਣ ਖਵਾਏਗਾ ਮੈਂ ਪਰਿਵਾਰ ਵੀ ਪਾਲਣਾ ਹੈ ਮੈਨੂੰ ਪੈਸੇ ਕਿੱਥੋਂ ਮਿਲਣਗੇ ਰਾਈਟ ਭਾਈ ਮਰਦਾਨਾ ਸੁਲਤਾਨਪੁਰ ਨਾਨਕ ਜੀ ਨੂੰ ਮਿਲਣ ਕਿਉਂ ਗਏ ਰਿਮੈਂਬਰ ਕਿ ਉਹਨਾਂ ਨੂੰ ਮਹਿਤਾ ਕਾਲੂ ਜੀ ਨੇ ਭੇਜਿਆ ਸੀ ਕਿ ਜਾ ਨਾਨਕ ਦਾ ਪਤਾ ਲੈ ਕੇ ਆ ਭਾਈ ਮਰਦਾਨਾ ਜੀ ਕਿਹੜਾ ਸਾਜ਼ ਵਜਾਉਂਦੇ ਵਜਾਉਂਦੇ ਸਨ ਵਟ 뮤지컬 ਇਨਸਟਰੂਮੈਂਟ ਤੇ ਲਿਖੋਗੇ ਤੁਸੀਂ ਆਨਸਰ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਭਾਈ ਮਰਦਾਨਾ ਅਤੇ ਨਾਨਕ ਜੀ ਤਲਵੰਡੀ ਵਿੱਚ ਕਿਸ ਤਰ੍ਹਾਂ ਸਮਾਂ ਬਤਾਉਂਦੇ ਸਨ ਯੂ ਰਿਮੈਂਬਰ ਕਿ ਉਹ ਦੇਦਾਂ ਕੰਮ ਕਰਦੇ ਸੀ ਕਿੱਥੇ ਲਿਖਿਆ ਸੀਗਾ ਇੱਥੇ ਭਾਈ ਮਰਦਾਨਾ ਨਾਨਕ ਜੀ ਨਾਲ ਰਹਿਣਾ ਚੰਗਾ ਲੱਗਦਾ ਉਹਨਾਂ ਦਾ ਮਨ ਕੀਰਤਨ ਵਿੱਚ ਜੁੜਦਾ ਉਹ ਨਾਨਕ ਜੀ ਨਾਲ ਬਹੁਤ ਪਿਆਰ ਕਰਦੇ ਸਾਰਾ ਦਿਨ ਇਕੱਠੇ ਬਤਾਉਂਦੇ ਰਾਤ ਨੂੰ ਆਪਣੇ ਘਰ ਚਲੇ ਜਾਂਦੇ राइट right? सो so, किस तरह बतांदे ਸੀ ਉਹ ਇਕੱਠੇ ਰਹਿੰਦੇ ਸੀ ਕੀਰਤਨ ਕਰਦੇ ਸੀ ਇਕੱਠੇ ਭਾਈ ਮਰਦਾਨਾ ਅਤੇ ਨਾਨਕ ਜੀ ਸultanpur ਵਿੱਚ ਕਿਸ ਤਰ੍ਹਾਂ ਸਮਾਂ ਬਤਾਉਂਦੇ ਸਨ ਉਹ ਦਿਨੇ ਕੰਮ ਕਰਦੇ ਸੀ ਫਿਰ ਕੀਰਤਨ ਕਰਦੇ ਸੀ राइट ਤੇ ਰਬਾਬ ਵਜਾਂਦੇ ਸੀ ਠੀਕ ਹੈ ਮੰਗਲਵਾਰ ਕਰਦਾ ਕੰਮ ਇਸ ਸਾਖੀ ਵਿੱਚੋਂ ਸਾਰੇ ਕਿਰਿਆ ਸ਼ਬਦਾਂ ਦੇ ਦੁਆਲੇ গোল ਚੱਕਰ ਲਾ kriya shabd our verbs right so you know kriya shabd kehde ne itthe si janme san gaunde san kamaunde san theek hai so these are all verbs um budhwar kardakam timer shuru karo eh sakhi padho kinne minute lage ja eh sakhi sohni likhit vich copy karke likho kinne minute lage so you can write ਔਰ ਯੂ ਕੈਨ ਰੀਡ ਠੀਕ ਹੈ ਸੋ ਇਹਦੇ ਨਾਲ ਤੁਹਾਡੀ ਪੰਜਾਬੀ ਦੀ ਪੜ੍ਹਾਈ ਥੋੜੀ ਜੀ ਬੈਟਰ ਹੋ ਜਾਏਗੀ ਸੋ ਦੈਟ ਇਜ਼ ਇਟਸ ਇਸ ਈਜ਼ੀ ਲੈਸਨ ਟੁਡੇ ਨਾਟ ਟੂ ਹਾਰਡ ਐਂਡ ਆਈ ਵਿਲ ਸੀ ਯੂ ਇਨ ਦ ਨੈਕਸਟ ਲੈਸਨ ਅੰਟਿਲ ਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ